सत्यकाल दर्शकों, मैं अमृता मदान तुहाडा सारे दा एक बार फिर तो स्वागत करदी हां सितारे नाल गलबात दे इस खास शो विच। दर्शकों, अज इस शो विच असी तुहाडी मुलाकात करवाण जा रहे हां पंजाबी म्यूजिक इंडस्ट्री दे सिंगर ते लिरिसिस्ट जिन्हां ने अपने करियर दी शुरुआत कीती अपने फर्स्ट सोंग 90 डिग्री दे नाल। जी हां दर्शकों, मैं गल कर रही हां गगन सलूजा जी दी ते मैं गगनदीप सलूजा जी तुहाडे सामने बैठा जी ते इंटरव्यू शुरू करदे हां फिर। जी, गल्लां बातां दा सिलसिला शुरू करदे हां सर। ਜਦੋਂ ਤੁਸੀਂ ਸੋਚਿਆ ਤੁਸੀਂ ਪਹਿਲੇ ਲਿਰਿਸਿਸਟ ਹੋ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਸਿੰਗਿੰਗ ਲਾਈਨ ਵਿੱਚ ਆਉਣ ਬਾਰੇ ਸੋਚਿਆ ਸ਼ੌਂਕ ਕਿਵੇਂ ਪੈਦਾ ਹੋਇਆ? ਹੁਣ ਐਕਚੁਅਲੀ ਪਹਿਲਾਂ ਲਿਖਦੇ ਹੁੰਦੇ ਸੀਗੇ ਜੀ, ਮਤਲਬ ਲਿਖਣਾ ਯਾਰਾਂ ਮਿੱਤਰਾਂ 'ਚ ਬਹਿ ਕੇ ਮਾੜਾ ਮੋਟਾ ਸੁਰ ਤਾਲ ਲਾ ਕੇ ਗਾਉਣਾ ਅਤੇ ਦੱਸ ਦੇਣਾ ਉਹਨਾਂ ਨੂੰ ਵੀ ਹਾਂ ਮੈਂ ਇਹ ਲਿਖਿਆ। ਹੌਲੀ ਹੌਲੀ ਜਿੱਦਾਂ ਲਿਖਤ ਵਧੀਆ ਸੀ ਆਪਣੀ, ਘਰਦਿਆਂ ਨੇ ਵੀ ਐਪਰੀਸ਼ੀਏਟ ਕੀਤਾ, ਯਾਰਾਂ ਮਿੱਤਰਾਂ ਨੇ ਵੀ ਕੀਤਾ ਅਤੇ ਫਿਰ ਆਪਾਂ ਸੋਚ ਲਿਆ ਵੀ ਆਪਾਂ ਹੁਣ ਆਪ ਹੀ ਗਾਵਾਂਗੇ। ਜੀ ਹਾਂਜੀ ਸਰ, ਜਦੋਂ ਤੁਸੀਂ ਐਜ਼ ਅ ਸਿੰਗਰ ਆਪਣੇ ਆਪ ਨੂੰ ਲਾਂਚ ਕਰਨ ਬਾਰੇ ਸੋਚਿਆ, ਟ੍ਰੇਨਿੰਗ ਕਿਹਨਾਂ ਤੋਂ ਲਈ? ਟ੍ਰੇਨਿੰਗ ਜੀ ਆਪਣੇ ਲੁਧਿਆਣੇ ਸਾਡੇ ਉਸਤਾਦ ਜੀ ਨੇ ਹਰਵਿੰਦਰ ਬਿੱਟੂ ਜੀ। ਅੱਛਾ ਜੀ। ਤੇ ਉਹਨਾਂ ਤੋਂ ਮੇਰੀ ਟ੍ਰੇਨਿੰਗ ਹੁਣ ਵੀ ਚੱਲ ਰਹੀ ਹੈ ਜੀ ਤੇ ਮਤਲਬ ਜਿੰਨਾ ਕੁ ਵੀ ਮੈਨੂੰ ਗਾਉਣਾ ਆਇਆ ਹੁਣ ਤੱਕ ਉਹਨਾਂ ਦੀ ਬਦੌਲਤ ਹੀ ਹੈ ਜੀ। ਜੀ ਜੀ। ਫੈਮਿਲੀ 'ਚੋਂ ਵੀ ਕੋਈ ਨੇ ਜਿਨ੍ਹਾਂ ਨੇ ਪੰਜਾਬੀ ਮੂਵੀਜ਼ ਇੰਡਸਟਰੀ ਜਾਂ ਮਿਊਜ਼ਿਕ ਇੰਡਸਟਰੀ ਵਿੱਚ ਯੋਗਦਾਨ ਦਿੱਤਾ ਹੋਵੇ? ਨਹੀਂ ਜੀ, ਸਾਡੀਆਂ ਫੈਮਿਲੀਆਂ ਤਾਂ ਬਸ ਸਿੰਪਲ ਜੀਆਂ ਨੇ, ਸਾਦੀਆਂ ਨੇ ਜੀ ਤੇ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਬਸ ਉਹ ਵਿਆਹਾਂ 'ਤੇ ਨੱਚਣਾ ਗਾਉਣਾ ਜਾਣਦੇ ਆ, ਮਤਲਬ ਵਧੀਆ ਲੱਗਦਾ, ਪੰਜਾਬੀ ਕਲਚਰ ਨਾਲ ਰਿਲੇਟਡ ਨੇ ਉੱਦਾਂ ਸਾਡੇ ਸਾਰੇ ਘਰ ਦੇ। ਹਾਂਜੀ। ਪਰ ਸਿੰਗਿੰਗ ਲਾਈਨ 'ਚ ਕੋਈ ਨਹੀਂ ਹੈਗਾ ਜੀ। ਜੀ। ਤੇ ਜਦੋਂ ਤੁਸੀਂ ਸੋਚਿਆ ਸਿੰਗਿੰਗ ਲਾਈਨ ਵਿੱਚ ਆਉਣ ਦਾ, ਫੈਮਿਲੀ ਦਾ ਫੁੱਲ ਸਪੋਰਟ ਸੀ? ਹਾਂਜੀ, ਫੈਮਿਲੀ ਇੱਦਾਂ ਨਾ ਜੀ ਗੱਲਬਾਤ ਬਈ, ਜੇ ਤਾਂ ਬੱਚਾ ਹੁਣ ਘਰ ਦਾ ਇੱਕ ਛੋਟਾ ਜਿਹਾ, ਜੇ ਤਾਂ ਉਹ 'ਚ ਕੱਖ ਵੀ ਨਾ ਹੋਵੇ ਪੱਲੇ ਉਹਦੇ, ਫਿਰ ਘਰਦੇ ਕਹਿੰਦੇ ਵੀ ਤੂੰ ਛੱਡ ਯਾਰ ਕੋਈ ਹੋਰ ਕੰਮ ਕਰ ਲੈ। ਪਹਿਲਾਂ ਹੁੰਦਾ ਵੀ ਚੱਲ ਘਰਦੇ ਕਹਿੰਦੇ ਨੇ ਵੀ ਯਾਰ ਨਹੀਂ ਪਤਾ ਨਹੀਂ, ਕਿਉਂਕਿ ਇਹ ਇੱਕ ਇੱਦਾਂ ਦੀ ਲਾਈਨ ਆ ਵੀ ਇਹ 'ਚ ਪੱਕਾ ਨਹੀਂ ਪਤਾ ਹੁੰਦਾ ਬੰਦੇ ਨੂੰ ਵੀ ਬੰਦਾ ਮਤਲਬ ਕਿਸੇ ਮੁਕਾਮ 'ਤੇ ਪਹੁੰਚੂਗਾ ਜਾਂ ਨਹੀਂ, ਜਾਂ ਹਾਂਜੀ ਜਾਂ ਕਿੰਨਾ ਟਾਈਮ ਲੱਗੂਗਾ ਉਸ ਚੀਜ਼ ਨੂੰ। ਅਤੇ ਘਰਦਿਆਂ ਦੀ ਸਪੋਰਟ ਰਹੀ ਹੈ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਹਾਂ ਠੀਕ ਹੈ ਮੁੰਡਾ, ਵੀ ਜੋ ਲਿਖਦਾ ਅਤੇ ਵੀ ਜੋ ਇਹਦੇ ਗਾਉਣ ਦਾ ਤਰੀਕਾ ਵਧੀਆ, ਅਤੇ ਘਰੋਂ ਸਪੋਰਟ ਰਹੀ ਹੈ ਜੀ। ਹਾਂਜੀ, ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੀ ਫੈਮਿਲੀ ਨੂੰ ਵੀ ਲੱਗਦਾ ਕਿ ਤੁਹਾਡੇ ਗਾਉਣ ਦਾ ਤਰੀਕਾ ਬਹੁਤ ਅੱਛਾ, ਔਰ ਅਸੀਂ ਯੂਟਿਊਬ ਤੇ ਵੀ ਦੇਖਿਆ ਬਹੁਤ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਤੁਹਾਡੇ ਫਰਸਟ ਸੌਂਗ 90 ਡਿਗਰੀ ਨੂੰ। ਜੀ, ਉਹਦੇ ਬਾਰੇ ਗੱਲਾਂ ਬਾਤਾਂ ਸ਼ੁਰੂ ਕਰਨ ਤੋਂ ਪਹਿਲੇ ਦੋ ਕਲਾਈਨਾਂ ਹੋ ਜਾਏ ਸਾਡੇ ਦਰਸ਼ਕਾਂ ਦੇ। ਉਹ ਗਾਣਾ ਕੁਛ ਇੱਦਾਂ ਸੀਗਾ ਵੀ ਇੱਕ ਨਾ ਸ਼ਹਿਰ ਦੀ ਪੜ੍ਹੀ ਲਿਖੀ ਅੱਥਰੀ ਜ਼ਬਾਨੀ ਹੁੰਦੀ ਹੈ ਕੁੜੀਆਂ ਨੂੰ ਜਿਵੇਂ ਜੀ, ਤੇ ਉਹ ਕਹਿੰਦੀ ਆ ਕਹਿੰਦੀ ਹਾਂ ਹਾਂ ਹੁੱਕਾ ਤੋਂ ਲਾਗੇ ਧੀਆਂ ਚੌਂਕੀਆਂ ਚ ਨਾਮ ਗੂੰਜਦਾ ਹੈ, ਦਿਨੇ ਵਾਰਦਾਤ ਨਾਈਟਾਂ ਨੂੰ ਸਬੂਤ ਪੂੰਜਦਾ, ਹੋ ਮੇਰੀ ਅੱਲੜ ਜਵਾਨੀ ਹੀ ਖੂੰਜੇ ਲੱਗ ਜੂ, ਜੇ ਹੋ ਗਿਆ ਤੇਰੇ ਤੇ ਡਾਡਾ ਪਰਚਾ, 90 ਡਿਗਰੀ ਤੇ ਰੱਖੇ ਮੁੱਛ ਕੈਂਠੇ ਵਾਲਿਆ, ਵੇ ਜਿੱਥੋਂ ਲੰਘਦਾ ਕਰਾਈ ਜਾਵੇ ਇਹ ਚਰਚਾ। ਤੇ ਮੁੰਡਾ ਜਵਾਬ ਦਿੰਦਾ ਹੋ ਫੋਕੇ ਛਿੱਲੜ ਨਾ ਰੱਖੇ ਰੱਖੇ ਯਾਰ ਨੇ ਖਰੇ ਹੈ ਪੈਂਦਾ, ਪਰਚਾ ਤਾਂ ਪੈ ਜਾਏ ਸਰਦਾਰ ਨਾ ਡਰੇ, ਫਿਊਚਰ ਦੀ ਕਰਾਂ ਪਰਵਾਹ ਨਾ ਕਰੋ ਨੀ ਤਾਂ ਹੀ ਵਾਧੂ ਦੇ ਕਲੇਸ਼ ਰਾਹਾਂ ਟਾਲਦਾ, ਮੁੱਛ ਕੈਂਠਾ ਰੱਖੇ ਦੋਵੇਂ ਸ਼ੌਂਕ ਨੇ, ਫਾਈਟ ਮੁੱਲਦੀ ਨਾ ਯਾਰ ਕਦੇ ਭਾਲਦਾ। ਬਹੁਤ ਹੀ ਵਧੀਆ ਜੀ, ਥੈਂਕ ਯੂ ਜੀ। ਜੇ ਅਸੀਂ ਗੱਲ ਕਰੀਏ ਇਸ ਸੌਂਗ ਬਾਰੇ, ਤੁਸੀਂ ਸੁਦੇਸ਼ ਕੁਮਾਰੀ ਜੀ ਨਾਲ ਇਹ ਆਪਣਾ ਸੌਂਗ ਕੀਤਾ, ਐਕਸਪੀਰੀਅੰਸ ਕਿਵੇਂ ਦਾ ਰਿਹਾ ਇੰਨੇ ਵੱਡੇ ਆਰਟਿਸਟ ਨਾਲ ਕੰਮ ਕਰਨ ਦਾ? ਜੀ, ਪਹਿਲਾਂ ਥੋੜ੍ਹੇ ਨਰਵਸ ਸੀਗੇ ਵੀ ਚੱਲ ਉਹ ਮੈਡਮ ਮਤਲਬ ਉਹਨਾਂ ਨੂੰ ਇਸ ਇੰਡਸਟਰੀ ਵਿੱਚ ਬਹੁਤ ਟਾਈਮ ਹੋ ਗਿਆ ਜੀ, ਛੋਟੇ ਛੋਟੇ ਹੁੰਦੇ ਸੁਣਦੇ ਸੀਗੇ, ਪਰ ਆਵਾਜ਼ ਉਹਨਾਂ ਦੀ ਬਹੁਤ ਵਧੀਆ ਲੱਗਦੀ ਸੀ, ਮਤਲਬ ਉਹਨਾਂ ਦੇ ਗਾਣੇ ਸੁਣਦੇ ਸੁਣਦੇ ਹੀ ਵੱਡੇ ਹੋਏ ਆ, ਅਤੇ ਕਾਫੀ ਪਹਿਲਾਂ ਨਰਵਸ ਸੀਗਾ ਵੀ ਹਾਂ ਕਿੱਦਾਂ ਦਾ ਰਿਐਕਸ਼ਨ ਹੋਊਗਾ, ਬਟ ਉਹ ਗੱਲ ਉਲਟ ਹੋ ਗਈ, ਮੈਡਮ ਬਹੁਤ ਹੰਬਲ ਨੇਚਰ ਦੇ ਨੇ, ਮਤਲਬ ਕਾਫੀ ਸਪੋਰਟਿਵ ਨੇ, ਮਤਲਬ ਇੱਦਾਂ ਨਹੀਂ ਕਰਦੇ ਵੀ ਹਾਂ ਫਰਕ ਨਹੀਂ ਰੱਖਦੇ ਵੀ ਹਾਂ ਤੂੰ ਨਵਾਂ ਕਲਾਕਾਰ ਆ ਤਾਂ ਮੈਂ ਪੁਰਾਣੀ ਹਾਂ, ਜੋ ਹੁਣ ਚੱਲਦਾ ਆ ਰਿਹਾ ਹੈ ਨਾ ਵੀ ਇੱਥੇ ਫਰਕ ਬਹੁਤ ਹੁੰਦਾ ਇੰਡਸਟਰੀ ਦੇ ਵਿੱਚ, ਪਰ ਮੈਡਮ 'ਚ ਇੱਦਾਂ ਦੀ ਕੋਈ ਗੱਲਬਾਤ ਨਹੀਂ, ਬਹੁਤ ਵਧੀਆ ਨੇਚਰ ਤੇ ਮੈਡਮ ਨੇ। ਸਰ, ਜੇ ਅਸੀਂ ਤੁਹਾਡੇ ਆਪਣੇ ਐਕਸਪੀਰੀਅੰਸ ਦੀ ਗੱਲ ਕਰੀਏ, ਤੁਹਾਨੂੰ ਕਿਵੇਂ ਦਾ ਲੱਗਿਆ ਕਿ ਆਡੀਅੰਸ ਕਿਵੇਂ ਦੀ ਅਸੈਪਟ ਕਰੇਗੀ ਕੀ ਕਰੇਗੀ, ਜਾਂ ਕੈਮਰਾ ਫੇਸਿੰਗ ਵੇਲੇ ਕੋਈ ਡਰ ਸੀਗਾ, ਕਿਵੇਂ ਦਾ ਐਕਸਪੀਰੀਅੰਸ ਸੀਗਾ? ਮੈਡਮ ਐਕਚੁਅਲੀ ਕੈਮਰਾ ਫੇਸਿੰਗ ਦਾ ਡਰ ਤਾਂ 2016 'ਚ ਨਿਕਲ ਗਿਆ ਸੀਗਾ ਜੀ, ਕਿਉਂਕਿ ਉਦੋਂ PTC ਪੰਜਾਬੀ ਮਿਸਟਰ ਪੰਜਾਬ ਵਿੱਚ ਮੈਂ ਪਾਰਟਿਸਪੇਟ ਕੀਤਾ ਸੀਗਾ ਤੇ ਮੈਂ ਕੁਆਟਰ ਫਾਈਨਲ ਰਾਊਂਡ ਤੱਕ ਪਹੁੰਚਿਆ ਸੀਗਾ, ਕੈਮਰਾ ਫੇਸ ਕਰਨਾ ਕਾਫੀ ਹੱਦ ਤੱਕ ਉੱਥੇ ਹੀ ਆ ਗਿਆ ਸੀਗਾ, ਪਰ ਜਦੋਂ ਇਹ ਗਾਣੇ ਦੀ ਗੱਲ ਕਰਦੇ ਹਾਂ ਤਾਂ ਆਪਣੇ ਭਰਾ ਨੇ ਬੌਨਸਟਰ ਫਿਲਮਸ ਵਾਲੇ ਤੇ ਉਹਨਾਂ ਨੇ ਮੈਨੂੰ ਕਾਫੀ ਗਾਈਡ ਕੀਤਾ ਜੀ। ਜੀ ਜੀ। ਤੇ ਤੁਹਾਡੇ ਵੀਡੀਓ ਡਾਇਰੈਕਟਰ ਨੇ ਕਿੰਨਾ ਕੁ ਸਪੋਰਟ ਤੁਹਾਨੂੰ ਕੀਤਾ ਕਿਉਂਕਿ ਤੁਹਾਡਾ ਫਰਸਟ ਸੌਂਗ ਸੀਗਾ? ਜੀ ਜੀ, ਆਪਣੇ ਭਾਜੀ ਹੈ ਨਾ ਜਸਮੀਤ ਭਾਜੀ ਨੇ ਤੇ ਦੂਜੇ ਸੀਗੇ ਜੀ ਅਜੀਤ ਧਾਲੀਵਾਲ ਜੀ, ਤੇ ਬਹੁਤ ਵਧੀਆ ਗਾਈਡ ਕੀਤਾ ਉਹਨਾਂ ਨੇ, ਮਤਲਬ ਕੱਲੀ ਕੱਲੀ ਚੀਜ਼ ਦੱਸੀ ਹਾਂ ਬਈ ਇੱਥੋਂ ਇੱਦਾਂ ਤੁਰ ਕੇ ਜਾਣਾ, ਇੱਦਾਂ ਫੇਸ ਰੱਖਣਾ, ਇੱਦਾਂ ਮਤਲਬ ਰਿਐਕਸ਼ਨ ਦੇਣਾ, ਵਧੀਆ ਨੇ ਬੰਦੇ ਸਾਰੇ, ਮਤਲਬ ਠੀਕ ਹੈ ਸਪੋਰਟ ਕੀਤਾ ਜੀ। ਮਿਸਟਰ ਪੰਜਾਬ ਵਿੱਚ ਤੁਸੀਂ ਐਜ਼ ਅ ਕੈਂਡੀਡੇਟ ਸੀਗੇ, ਬਟ ਤੁਸੀਂ ਐਂਕਰਿੰਗ ਵੀ ਕੀਤੀ ਹੈ ਦੋ ਕੁ ਸ਼ੋਜ਼ ਦੀ, ਉਹਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਮੈਡਮ ਐਂਕਰਿੰਗ ਦੋ ਸ਼ੋਜ਼ ਦੀ ਨਹੀਂ ਕੀਤੀ, ਐਂਕਰਿੰਗ ਕਾਫੀ ਕੀਤੀ ਹੈ, ਬਟ ਉਹ ਮੇਰਾ ਪੇਸ਼ਾ ਨਹੀਂ ਹੈਗਾ, ਉਹ ਇੱਕ ਮੇਰਾ ਸ਼ੌਂਕ ਹੈ, ਜਿੱਦਾਂ ਇੱਕ ਪ੍ਰੋਗਰਾਮ ਹੁੰਦਾ ਸੀਗਾ ਗੇੜੀ ਪਿੰਡ ਦੀ ਜੀ, ਤੇ ਮੈਨੂੰ ਕੁਦਰਤੀ ਆ ਵੀ ਸ਼ੁਰੂ ਤੋਂ ਹੀ ਆ ਵੀ ਛੋਟੇ ਹੁੰਦੇ ਤੋਂ ਵੀ ਲੋਕਾਂ ਨਾਲ ਵਿਚਰਨਾ, ਪਿੰਡਾਂ 'ਚ ਜਾਣਾ, ਉਹਨਾਂ ਨਾਲ ਗੱਲਬਾਤ ਕਰਨਾ, ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਨਾ, ਉਹਨਾਂ ਦੀਆਂ ਗੱਲਾਂ ਕੈਚ ਕਰਨੀਆਂ, ਤੇ ਇਹ ਚੀਜ਼ ਦਾ ਸ਼ੌਂਕ ਹੈ, ਮਤਲਬ ਇੱਦਾਂ, ਮਤਲਬ ਕੋਈ ਇਹ 'ਚ ਮਤਲਬ ਨਫੇ ਘਾਟੇ ਵਾਲੀ ਗੱਲ ਨਹੀਂ ਕੀਤੀ ਮੈਂ ਵੀ ਹਾਂ ਮੈਨੂੰ ਪ੍ਰੋਫਿਟ ਆ ਮੈਂ ਤਾਂ ਕਰਨੀ ਹੈ, ਬਸ ਉਦਾਂ ਕੀਤੀ ਆ, ਵਧੀਆ ਲੱਗਦਾ ਕੀਤੀ ਆ। ਤੇ ਰੀਸੈਂਟਲੀ ਟਸ਼ਨ ਨਾਈਟਸ ਤੇ ਹਾਂਜੀ, ਤੇ ਉਹ ਭਾਜੀ ਹੋਣਾ ਨੇ ਮੇਰੇ ਪ੍ਰੋਗਰਾਮ ਦੇਖੇ,
ਸਵਿਚ ਤਾਂ ਮੈਡਮ ਆਪਾਂ ਤਾਂ ਗੱਲ ਕਰੀਏ ਜੇ ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਇਆ ਹੋਵਾਂ ਬਟ ਸਰ ਪ੍ਰੋਫੈਸ਼ਨ ਤਾਂ ਵੱਖਰਾ ਵੱਖਰਾ ਨਾ ਪ੍ਰੋਫੈਸ਼ਨ ਵੱਖਰਾ ਜੀ ਨਹੀਂ ਐਡਾ ਔਖਾ ਨਹੀਂ ਹੈਗਾ ਜੀ ਨਾਰਮਲ ਆਪਾਂ ਜਿਵੇਂ ਹੁਣ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਬਸ ਹੈਜ਼ਿਟੇਸ਼ਨ ਨਾ ਰੱਖੇ ਬੰਦਾ ਆਪਣੇ ਆਪ ਚ ਹਾਂ ਵੀ ਪਤਾ ਨਹੀਂ ਆਡੀਅנס ਕੀ ਐਕਸੈਪਟ ਕਰੂਗੀ ਜਾਂ ਨਹੀਂ ਮਤਲਬ ਜਿੱਦਾਂ ਮਤਲਬ ਜਿੰਦਾ ਦਿਲ ਬੰਦਾ ਜੋ ਦਿਲ ਚ ਆਵੇ ਕਹਿਤਾ ਬਾ ਠੀਕ ਹੈ ਉਹੀ ਐਂਕਰਿੰਗ ਹੈ ਜੀ ਤੇ ਜੇ ਅਸੀਂ ਗੱਲ ਕਰੀਏ ਤੁਹਾਡੀ ਰੋਲ ਮਾਡਲ ਦੀ ਪੰਜਾਬੀ 뮤직 ਇੰਡਸਟਰੀ ਵਿੱਚ ਕਿੰਨਾ ਨੂੰ ਸੁਣਨਾ ਤੁਸੀਂ ਪਸੰਦ ਕਰਦੇ ਹੋ ਐਕਚੁਅਲੀ ਇੱਕ ਬੰਦਾ ਨਹੀਂ ਹੈਗਾ ਕਾਫੀ ਨੇ ਜਿੱਦਾਂ ਜੀ ਕੁਲਦੀਪ ਮਾਨਕ ਸਾਹਿਬ ਹੋ ਗਏ ਸੁਰਜੀਤ ਬਿੰਦਰ ਰੱਖਿਆ ਜੀ ਹਰਜੀਤ ਹਰਮਨ ਜੀ ਇਹਨਾਂ ਨੂੰ ਸੁਣਨਾ ਕਾਫੀ ਪਸੰਦ ਕਰਦਾ ਪਰ ਜੇ ਅਸੀਂ ਤੁਹਾਡੇ ਤੋਂ ਤੁਹਾਡੇ ਰੋਲ ਮਾਡਲ ਦਾ ਗਾਣਾ ਸੁਣਨਾ ਹੋਵੇ ਤੇ ਕਿੰਨਾ ਦਾ ਸੁਣਾਓਗੇ ਮੈਂ ਹਰਜੀਤ ਹਰਮਨ ਜੀ ਦਾ ਗਾਣਾ ਸੁਣਾ ਦੇਣਾ ਜੀ ਪੰਜੇਬਾ ਗਾਣਾ ਆਇਆ ਸੀ ਉਹਨਾਂ ਦਾ ਕਾਫੀ ਪਹਿਲਾਂ ਬਿਲਕੁਲ ਸਰ ਰੂਪ ਮਾਰੇ ਲਈ ਸ਼ਿਕਾਰੇ ਨੀ ਕੁਝ ਸੋਚ ਮੁਟਿਆਰੇ ਰੂਪ ਮਾਰੇ ਲਈ ਸ਼ਿਕਾਰੇ ਕੁਝ ਸੋਚ ਮੁਟਿਆਰੇ ਸੀਨਾ ਮਿੱਤਰਾਂ ਦੇ ਅੱਗ ਨੀ ਤੂੰ ਲਾਵੇਂ ਜਾਣ ਕੇ ਨੀ ਕੋਲੋ ਲੰਘਦੀ ਕੋਲੋ ਲੰਘਦੀ ਪੰਜੇਬਾਂ ਛਣਕਾਵੇਂ ਜਾਣ ਕੇ ਨੀ ਕੋਲੋ ਲੰਘਦੀ ਬਹੁਤ ਹੀ ਵਧੀਆ ਸਰ ਤੁਸੀਂ ਦੱਸਿਆ ਕਿ ਲਿਰਿਸਿਸਟ ਵੀ ਹੋ ਤੁਸੀਂ ਆਪਣੇ ਗਾਣੇ ਤਾਂ ਆਪ ਲਿਖਦੇ ਹੋ ਹੋਰ ਕਿਹੜੇ ਕਿਹੜੇ ਸੌਂਗਸ ਨੇ ਜਾਂ ਕਿਹੜੇ ਕਿਹੜੇ ਸਿੰਗਰਸ ਨੇ ਤੁਹਾਡੇ ਸੌਂਗਸ ਕੀਤੇ ਨੇ ਐਕਚੁਅਲੀ ਹਲੇ ਤਾਂ ਸ਼ੁਰੂਆਤਾਂ ਹੀ ਨੇ ਜੀ ਬਸ ਤੇ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਆ ਤੇ ਆਪਣੇ ਗਰੁੱਪ 'ਚ ਹੀ ਹੁੰਦੇ ਨੇ ਦੋ ਚਾਰ ਯਾਰ ਮਿੱਤਰ ਵੀ ਜਿਹੜਾ ਨੇ ਜਿਹੜੇ ਗਾਉਣ ਦਾ ਸ਼ੌਂਕ ਰੱਖਦੇ ਆ ਦੋ ਚਾਰ ਮੁੰਡੇ ਉਹ ਨੇ ਵੀ ਜਿਹੜੇ ਜਿਨ੍ਹਾਂ ਨੇ ਮੇਰੇ ਤੋਂ ਗਾਣਾ ਲਿਆ ਇਸ ਸਾਲ ਤੇ ਇੱਕ ਉਮੀਦ ਹੈ ਵੀ ਐਲੀ ਮੰਗਟ ਵੀਰਾ ਕਾਫੀ ਵਧੀਆ ਸਿੰਗਰ ਨੇ ਉਹ ਤੇ ਦੂਜੇ ਪਾਸੇ ਰੁਪਿੰਦਰ ਹੋਂਡਾ ਜੀ ਤੇ ਉਹ ਆਪਣਾ ਗਾਣਾ ਕਰਨਗੇ ਜੀ ਇਸ ਸਾਲ ਦੇ ਵਿੱਚ ਤੇ ਉਹਦੇ ਨਾਲ ਨਾਲ ਅਸੀਂ ਆਪਣੇ ਮੈਂ ਖੁਦ ਦੇ ਟਰੈਕ ਵੀ ਉਮੀਦ ਕਰਦਾ ਵੀ ਚਾਰ ਕੁ ਗਾਣੇ ਲੈ ਕੇ ਆਈਏ ਇਸ ਸਾਲ ਹਾਂਜੀ ਆਲ ਦਿ ਬੈਸਟ ਸਰ ਉਹਦੇ ਲਈ ਥੈਂਕ ਯੂ ਜੀ ਸਰ ਇੱਕ ਗੱਲ ਦੱਸੋ ਜਿੱਦਾਂ ਤੁਸੀਂ ਆਪ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਔਰ ਅੱਜ ਕੱਲ ਦਾ ਜਿਹੜਾ ਸਾਡਾ ਯੂਥ ਉਹ ਸੋਸ਼ਲ ਮੀਡੀਆ ਤੇ ਹੀ ਹੈ ਜ਼ਿਆਦਾਤਰ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਹੈਲਪਫੁਲ ਹੈ ਸਾਡੀ 뮤직 ਇੰਡਸਟਰੀ ਲਈ ਜਿੱਦਾਂ ਜੀ ਇੱਕ ਸਿੱਕੇ ਦੇ ਦੋ ਪਹਿਲੂ ਲਾ ਲਓ ਤੁਸੀਂ ਸੋਸ਼ਲ ਮੀਡੀਆ ਹੈਲਪਫੁਲ ਆ ਕਾਫੀ ਬਟ ਅੱਜ ਕੱਲ ਟ੍ਰੈਂਡ ਚੱਲ ਪਿਆ ਨਾ ਹੁਣ ਬੰਦਾ ਬੈਠਾ ਸਾਰਾ ਦਿਨ ਸੋਸ਼ਲ ਮੀਡੀਆ ਤੇ ਹੀ ਰਵੇ ਉਹ ਵੀ ਗੱਲ ਨਹੀਂ ਮਤਲਬ ਵਾਜਬ ਹੈਗੀ ਮਤਲਬ ਹੁਣ ਬੰਦਿਆਂ ਨੂੰ ਖੁਰਕ ਵੀ ਹੁੰਦੀ ਚੱਕ ਪਾ ਦਿੰਦੇ ਆ ਵੀ ਹਾਂ ਮੈਂ ਇੱਥੇ ਬੈਠਾ ਫਲਾਣਾ ਧਮਕੜਾ ਉਹ ਗੱਲਾਂ ਨਹੀਂ ਹੈਗੀਆਂ ਵੀ ਜੇ ਆਪਾਂ ਜ਼ਿਆਦਾ ਹੀ ਸੋਸ਼ਲ ਮੀਡੀਆ ਵੱਲ ਹੋ ਜਾਈਏ ਤੇ ਫਿਰ ਆਪਾਂ ਆਪਣਾ ਕਿੱਤਾ ਭੁੱਲ ਜਾਾਂਗੇ ਆਪਣੇ ਵੱਲ ਧਿਆਨ ਦਿਓ ਥੋੜਾ ਜਿਹਾ ਜ਼ਰੂਰੀ ਨਹੀਂ ਵੀ ਸੋਸ਼ਲ ਮੀਡੀਆ ਦੇ ਵਿੱਚ ਹੀ ਰਹਿਣਾ ਆਪਾਂ ਮਤਲਬ ਉਹਦੇ ਅੰਦਰ ਆਪਣੇ ਆਪ ਨੂੰ ਇੰਨਾ ਅਬਜ਼ਾਰਬ ਕਰ ਲੈਣਾ ਵੀ ਸਾਨੂੰ ਆਪਣਾ ਅਸਲੀ ਪੇਸ਼ਾ ਹੀ ਭੁੱਲ ਜਾਵੇ ਪਰ ਕਿਸੇ ਪਾਸੇ ਸੋਸ਼ਲ ਮੀਡੀਆ ਮਤਲਬ ਆਪਣੇ ਆਪ ਨੂੰ ਕਹਿ ਦੋ ਵੀ ਲੋਕਾਂ 'ਚ ਰਿਪ੍ਰੈਜ਼ੈਂਟ ਕਰਨ 'ਚ ਬਹੁਤ ਕੰਮ ਆਉਂਦਾ ਇਹ ਮਤਲਬ ਬਾਹਰ ਬੈਠੇ ਦੂਰ ਦੁਰਾਡੇ ਬੰਦਿਆਂ 'ਚ ਆਪਾਂ ਇੱਥੇ ਬੈਠੇ ਬੈਠੇ ਵੀ ਉਹਨਾਂ ਮੂਹਰੇ ਆ ਸਕਦੇ ਹਾਂ ਵਧੀਆ ਠੀਕ ਹੈ ਜੀ ਪਰ ਕਿਸੇ ਹੱਦ ਤੱਕ ਜੀ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਕਿ ਕਿਸੇ ਹੱਦ ਤੱਕ ਉਹ ਠੀਕ ਹੈ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਜਾਂ ਕਿਸੇ ਵੀ ਸਾਈਟ ਨੂੰ ਜ਼ਿਆਦਾ ਯੂਜ਼ ਕਰਨਾ ਲੱਚਰਤਾ ਵੀ ਵੱਧਦੀ ਪਈ ਹੈ ਨਹੀਂ ਐਕਚੁਅਲੀ ਇਹ ਗੱਲ ਆ ਜੀ ਹੁਣ ਦੇਖੋ ਲੱਚਰਤਾ ਦੀ ਆਪਾਂ ਗੱਲ ਕਰਦੇ ਆ ਜੀ ਆਪਾਂ ਕਹਿੰਦੇ ਲੱਚਰਤਾ ਵੱਧ ਰਹੀ ਹੈ ਹੁਣ ਜਿਹੜੇ ਬੰਦੇ ਲੱਚਰ ਗਾਣੇ ਸੁਣਦੇ ਨੇ ਜਾਂ ਗਾਉਂਦੇ ਨੇ ਉਹ ਫਿਰ ਆਪਣੇ ਘਰ 'ਚ ਬਹਿ ਕੇ ਕਿਉਂ ਨਹੀਂ ਕਰਦੇ ਇਦਾਂ ਦੀ ਗੱਲ ਜੀ ਕਿਸੇ ਗਾਣੇ ਨਾਲ ਨਹੀਂ ਹੁੰਦਾ ਜੀ ਇਦਾਂ ਮਤਲਬ ਇਹ ਤਾਂ ਬੰਦੇ ਦੀ ਆਪਣੀ ਸੋਚ ਹੈ ਹੁਣ ਬੰਦਾ ਕਿਸੇ ਗੁਰਦੁਆਰੇ ਦੇ ਮੂਹਰੇ ਜਾਵੇ ਜਾਂ ਕਿਸੇ ਹੋਲੀ ਪਲੇਸ ਦੇ ਅੱਗੇ ਜਾਵੇ ਬੰਦਾ ਉੱਥੇ ਇਦਾਂ ਦੀ ਗੱਲ ਕਿਉਂ ਨਹੀਂ ਕਰਦਾ ਕਿਸੇ ਹੋਰ ਜਗ੍ਹਾ ਤੇ ਕਿਉਂ ਕਰਦਾ ਕਿਉਂਕਿ ਉਹਨੂੰ ਪਤਾ ਵੀ ਹਾਂ ਆਹ ਜਗ੍ਹਾ ਤੇ ਆਹ ਗੱਲ ਨਹੀਂ ਕਰਨੀ ਜੇ ਇਹੀ ਆਪਾਂ ਆਪਣੇ ਜ਼ਿਹਨ 'ਚ ਕਰ ਲਈਏ ਗੱਲ ਤਾਂ ਠੀਕ ਹੈ ਵਧੀਆ ਮਤਲਬ ਆਪਾਂ ਕਿਸੇ ਇਹ ਨਹੀਂ ਕਹਿ ਸਕਦੇ ਵੀ ਕਿਸੇ ਗਾਣੇ ਨੂੰ ਸੁਣ ਕੇ ਸਾਡੇ 'ਚ ਲੱਚਰਤਾ ਪੈਦਾ ਹੋਜੂਗੀ ਜਾਂ ਕੁਛ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਇਹ ਆਪਣੀ ਮਾਇੰਡ ਸਟੇਟ ਹਾਂਜੀ ਸਰ ਅਸੀਂ ਆਮ ਤੌਰ ਤੇ ਦੇਖਦੇ ਹਾਂ ਜਿਹੜੇ ਸਿੰਗਰਸ ਹੁੰਦੇ ਨੇ ਮੋਸਟਲੀ ਮੂਵੀਜ਼ ਵਿੱਚ ਆ ਜਾਂਦੇ ਨੇ ਪੰਜਾਬੀ ਮੂਵੀਜ਼ ਤੁਹਾਡਾ ਕੀ ਪਲਾਨ ਹੈ ਮੈਡਮ ਐਕਚੁਅਲੀ ਹੁਣ ਹੈਗੀ ਹੈ ਸਟਾਰਟਿੰਗ ਆਪਣੀ ਜੀ ਜੀ ਬੰਦਾ ਸੋਚਦਾ ਤਾਂ ਬਹੁਤ ਕੁਛ ਆ ਹੁਣ 90 ਡਿਗਰੀ ਗਾਣੇ ਦਾ ਵੀ ਜੇ ਮੈਂ ਗੱਲ ਕਰਾਂ ਤਾਂ ਮੈਂ ਅਸੀਂ ਬਹੁਤ ਉਮੀਦਾਂ ਨਾਲ ਗਾਣਾ ਬਣਾਇਆ ਸੀਗਾ ਜੀ ਪਰ ਇੱਕ ਛੋਟਾ ਜਿਹਾ ਦੁੱਖ ਹੈ ਗੱਲ ਦਾ ਵੀ ਕੁਛ ਘਟਿਆ ਕਿ ਲੋਕਾਂ ਕਰਕੇ ਨਾ ਇਹ ਗਾਣਾ ਲੋਕਾਂ ਤੱਕ ਪਹੁੰਚ ਨਹੀਂ ਸਕਿਆ ਜੀ ਤੇ ਇਹ ਗੱਲ ਦਾ ਦੁੱਖ ਹੈ ਪਰ ਚਲੋ ਕੋਈ ਨਹੀਂ ਲੰਘੇ ਸਮੇਂ ਦੀ ਮਿੱਟੀ ਨਹੀਂ ਫਰੋਲਦਾ ਮੈਂ ਨਹੀਂ ਬਾਕੀ ਇਹ ਵੀ ਇਹਨੂੰ ਵੀ ਆਪਾਂ ਸਟਰਗਲ 'ਚ ਗਿਣ ਲੈਂਦੇ ਹਾਂ ਤੇ ਫਿਲਮਾਂ ਦੀ ਜੇ ਗੱਲ ਕਰੋ ਪਹਿਲਾਂ ਆਪਾਂ ਗਾਣੇ 'ਚ ਪਰਪੱਕ ਹੋ ਜਾਈਏ ਲੋਕਾਂ 'ਚ ਪਹਿਚਾਣ ਬਣ ਜਾਏ ਤਾਂ ਜੇ ਫਿਲਮਾਂ 'ਚ ਆਉਣ ਦਾ ਮੌਕਾ ਮਿਲਿਆ ਤਾਂ ਉਹ ਵੀ ਨਹੀਂ ਛੱਡਾਂਗੇ ਜੀ ਜੀ ਬਿਲਕੁਲ ਜੀ ਤੁਸੀਂ ਦੱਸਿਆ ਕਿ ਇਨ ਫਿਊਚਰ ਤੁਸੀਂ ਸਾਡੇ ਦਰਸ਼ਕਾਂ ਲਈ 4-5 ਸੌਂਗਸ ਲੈ ਕੇ ਆ ਰਹੇ ਹੋ ਹਾਂਜੀ ਕਿਸੇ ਸੌਂਗਸ ਦੀ ਦੋ ਲਾਈਨਾਂ ਜੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਸਕੋ ਜ਼ਰੂਰ ਜੀ ਚੋਟੀ ਦੀਆਂ ਜਾਂ ਲੜਾਂ ਦੇ ਦਿਲ ਡੰਗੇ ਨੇ ਦਿਨ ਚੜਦੇ ਹੀ ਮਿੱਤਰਾਂ ਦੇ ਪੈਂਦੇ ਪੰਗੇ ਨੇ ਮੌਕਿਆਂ ਦੀ ਭਾਲ ਹੁੰਦੀ ਸਦਾ ਸ਼ੇਰ ਨੂੰ ਹੱਥ ਪਹੁੰਚਣਾ ਨਹੀਂ ਪੁੱਤ ਜਿੱਥੇ ਵੈਰੀ ਟੰਗੇ ਨੇ ਨਫਾ ਘਾਟਾ ਵੇਖਿਆ ਨਹੀਂ ਮਿੱਤਰਾਂ 'ਚ ਬਹਿ ਕੇ ਜਿੱਥੇ ਯਾਰੀ ਉੱਥੇ ਗੱਲ ਕਰਾਂ ਨਾ ਵਪਾਰ ਦੀ ਤੇ ਬਾਕੀ ਗਾਣਾ ਸੁਣ ਲੈਣਗੇ ਜੀ ਸਾਰੇ ਜਾਣੇ ਜੀ ਬਿਲਕੁਲ ਬਹੁਤ ਹੀ ਵਧੀਆ ਸਰ ਜਾਂਦੇ ਹੋਏ ਸਾਡੇ ਯੂਥ ਲਈ ਜਾਂ ਸਾਡੇ ਦਰਸ਼ਕਾਂ ਲਈ ਕੋਈ ਮੈਸੇਜ ਇੱਕ ਮੈਸੇਜ ਆ ਜੀ ਬਸ ਆਪਣੇ ਘਰਦਿਆਂ ਦੀ ਸੇਵਾ ਕਰੋ ਮਤਲਬ ਕਿਸੇ ਦੀ ਚੱਕ ਚਾ ਕੇ ਕਿਸੇ ਦੀ ਗੱਲਬਾਤ ਚਾ ਕੇ ਮਤਲਬ ਆਪਣੇ ਯਾਰ ਮਿੱਤਰ ਨਹੀਂ ਕਰੇ ਛੱਡਣੇ ਚਾਹੀਦੇ ਤੇ ਜੋ ਹੈਗੇ ਆ ਉਹੀ ਰਹੀਏ ਮਤਲਬ ਕੁਛ ਵਿਖਾਵਾ ਨਾ ਕਰੀਏ ਜਿਵੇਂ ਅੱਜ ਕੱਲ੍ਹ ਦੇ ਹੁਣ ਨੋਰਮਲ ਜੇ ਵੀ ਹੁਣ ਨਾ ਜਿੱਦਾਂ 5-7 ਗਾਣੇ ਆਏ ਹੁਣ ਕਿਸੇ ਦਾ ਅਗਲਾ ਕਹਿ ਦਿੰਦਾ ਹਾਂ ਮੈਂ ਇਸ ਮੁਕਾਮ ਤੇ ਪਹੁੰਚ ਗਿਆ ਮੈਂ ਜੀ ਭਰਾ ਮੈਂ ਇੱਦਾਂ ਬਣ ਗਿਆ ਮੈਂ ਫਲਾਣਾ ਧਿੰਗੜਾ ਜਿੰਨੇ ਕੁ ਹੈਗੇ ਆ ਜੋਗੇ ਓਨੇ ਕੁ ਬਣ ਕੇ ਦਿਖਾਈਏ ਤੇ ਰੱਬ ਕਦੇ ਸਾਥ ਨਹੀਂ ਛੱਡਦਾ ਬਸ ਇੰਨਾ ਕੁ ਜੀ